भोजन सर्व भोग का बखावा ਮੈਨੂੰ ਬੜਾ ਪਿਆਰ ਕਰ ਉਹ ਸਾਰਿਆਂ ਦੇ ਪਿਆਰੇ ਆ
ਉਹਨਾਂ ਦੇ ਪਿਆਰ ਦੇ ਬੋਲੋ ਐਸੋ ਪਿਆਰ ਕੀ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਐਸੋ ਤਿਆਗੀ Bye.
ਇੱਥੋਂ ਦੇ ਗੁਰਮੁਖ ਪਿਆਰੇ ਸਾਰੀ ਕਮੇਟੀ ਅਸਥਾਨ ਹੋਰ ਗੁਰਮੁਖ ਰੂਹਾਂ ਨਾਲ ਰਲ ਕੇ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਜੋ ਕੋਈ ਦਿਨ ਹੋਏ ਲੰਘਿਆ ਉਹਨੂੰ ਸਮਰਪਿਤ ਅੱਜ ਸਮਾਗਮ ਦੂਜਾ ਸ਼ਬਦ ਸਰਵਣ ਕਰ ਰਹੇ ਹੋ ਤੇਰਿਆਂ ਭਗਤਾਂ ਕੋ ਫਿਰ ਬੋਲੋ ਤੇਰਿਆਂ ਭਗਤਾਂ ਕੋ ਬਲਿਹਾਰ ਜਾਣਾ ਤਿੰਨ ਤਰ੍ਹਾਂ ਪੂਰੀ ਕੋਸ਼ਿਸ਼ ਹੈ ਢਾਈ ਵਜੇ ਤੱਕ ਆਪ ਜੀ ਦੇ ਚਰਨਾਂ ਦੀ ਸਾਂਝ ਹੋਈ ਦੋ ਤਿੰਨ ਮਿੰਟ ਅੱਗੇ ਅੱਜ ਕਿਹੜੇ ਪਿਆਰ ਚ ਆਪ ਜੀ ਆਏ ਹੋ ਬਾਬਾ ਜੀ ਦਾ ਦਿਹਾੜਾ ਬਲਿਹਾਰ ਜਾਣਾ ਭਗਤ ਤੋਂ ਤਿੰਨ ਤਰ੍ਹਾਂ ਪਹਿਲਾ ਬਲਿਹਾਰ ਜਾਣਾ ਰਸਮਾਂ ਨਾਲ ਧਨ ਜਾਣਾ ਆਖੋ ਸਾਧ ਕਿਤੇ ਕਿਤੇ ਤੁਹਾਨੂੰ ਪਿਆਰ ਆ ਜੇ ਤੇ ਮੁੱਖ ਜੋ ਨਿਕਲੇ ਧੰਨ ਬਾਬਾ ਬੋਲੋ ਧੰਨ ਬਾਬਾ ਇਹ ਵੀ ਬਲਿਹਾਰ ਹੈ ਤੁਹਾਡਾ ਮੇਰਾ ਗੁਰੂ ਕੌਣ ਹੈ ਗੁਰੂ ਗ੍ਰੰਥ ਪੁੱਛੋ ਮਹਾਰਾਜ ਇਹ ਵੀ ਬਲਿਹਾਰ ਜਾਣਾ ਖਾਤੇ ਚ ਜਾਂਦਾ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਤੁਰ ਸਲਾਹ ਹਨ ਤਿੰਨ ਧੰਨ ਪੱਲੇ ਜੇ ਤੈਨੂੰ ਸੁਣਾਉਣ ਉਹਨਾਂ ਦੇ ਪੱਲੇ ਧਾਨੇ ਨਾਮ ਦੁੱਧ ਸਲਾਮਾਂ ਤਿੰਨ ਧਨ ਪੱਲੇ ਨਾਨਕ ਕਾ ਧਨ ਸੋਈ ਜੇ ਕੋ ਜੀਓ ਕਹੇ ਉਹਨਾਂ ਕੋ ਆਪੋ ਸਾਧੂ ਨਾਮ ਬਾਬਾ ਦੀਪ ਸਿੰਘ ਵਰਗਿਆਂ ਨੂੰ ਕੋਈ ਜੀ ਵੀ ਕਹਿ ਦੇਗਾ ਉਹ ਵੀ ਕੋਈ ਨਾ ਕੋਈ ਉਹਦਾ ਪਾਪ ਸੜੇਗਾ ਹੀ ਆਪੋ ਸਾਧੂ ਜੇ ਕੋ ਜੀਓ ਕਹੇ ਉਹਨਾਂ ਕੋ ਤਿੰਨ ਜਮ ਕੀ ਤਲਬ ਨਾ ਹੋਈ ਆਪੋ ਸਾਧੂ ਇਹ ਪਹਿਲਾ ਧਨ ਕਹਿਣਾ ਕਿਤੇ ਪਿਆਰ ਆ ਜੇ ਮੁੱਖ ਰਾਹੀਂ ਧਨ ਕਹਿ ਹੁਣ ਸੁਣਿਓ ਦੂਜਾ ਧਨ ਕਹਿਣਾ ਭਗਤ ਦੇ ਅਸਥਾਨ ਤੇ ਸਰੀਰ ਕਰਕੇ ਸੇਵਾ ਆਖੋ ਸਾਹਿਬ ਬਾਬਾ ਜੀ ਦੇ ਅਸਥਾਨ ਉੱਥੇ ਸਰੀਰ ਕਰਕੇ ਕੋਈ ਸੇਵਾ ਇਹ ਵੀ ਧੰਨ ਕਹਿਣਾ ਆਖੋ ਸਾਹਿਬ ਅੱਜ ਜਿੰਨੀ ਵਾਰੀ ਮੈਂ ਬੰਦੀ ਬੋਲੀ ਨਾ ਮਨ ਜਾਂਦਾ ਸੀ ਕਰਾਂ ਵਿਚਾਰ ਤੇਰੇ ਭਗਤਾਂ ਕੋ ਬਲਿਆਰਾ ਤੇ ਅਗਲੀ ਬੰਦੀ ਸੀ ਥਾਨ ਸੁਹਾਵਾ ਸਦਾ ਜਦੋਂ ਥਾਨ ਸੁਹਾਵਾ ਬੋਲਦਾ ਸਾਂ ਤੇ ਸਾਹਮਣੇ ਸੀਨ ਆ ਜਾਂਦਾ ਸੀ ਚਾਟੀ ਮਿੰਟ ਚੌਂਕ ਬਾਬਾ ਦੀਪ ਸਿੰਘ ਦੇ ਅਸਥਾਨ ਦਾ ਆਪੋ ਸਾਧੂ ਕਿਉਂਕਿ ਅੱਜ ਹੈ ਵੀ ਐਤਵਾਰ ਕਦੀ ਆਇਓ ਪੱਖੀ ਵੇਖੀ ਤਕਰੀਬਨ ਤਿੰਨ ਚਾਰ ਲੱਖ ਬੰਦਾ ਹਰ ਐਤਵਾਰ ਚਾਟੀ ਮਿੰਟ ਚੌਂਕ ਬਾਬਾ ਦੀਪ ਸਿੰਘ ਦੇ ਅਸਥਾਨ ਤੇ ਸੀਸ ਚੁਕਾਉਂਦਾ ਪ੍ਰਸ਼ਾਸਨ ਨੂੰ ਵੀ ਕਨਵੈਂਸ ਕੰਟਰੋਲ ਕਰਨੀ ਹੋਗੀ ਬਾਬਾ ਜੀ ਦਾ ਪਰਿਵਾਰ ਇੰਨਾ ਉਹ ਹੈਰਾਨ ਹੋਵੋਗੇ ਉਹਦੇ ਵਿੱਚ ਹਜ਼ਾਰਾਂ ਹਿੰਦੂ ਵੀਰ ਵੀ ਹਜ਼ਾਰਾਂ ਦੂਜੇ ਵੀਰ ਵੀ ਸਿੱਖ ਵੀਰ ਵੀ ਇੰਝ ਮਹਿਸੂਸ ਹੁੰਦਾ ਵੀ ਬਾਬਾ ਜੀ ਸਾਰਿਆਂ ਦੀਆਂ ਝੋਲੀਆਂ ਭਰ ਰਹੇ ਆਖੋ ਸਾਥੀ ਆਮ ਗੁਰਦੁਆਰਿਆਂ 'ਚ ਇੱਕ ਗੋਲਕ ਹੁੰਦੀ ਹੈ ਉੱਥੇ ਤਿੰਨ ਲਾਈਆਂ ਸ਼੍ਰੋਮਣੀ ਕਮੇਟੀ ਕੋਲ ਕੰਟਰੋਲ ਹੈ ਉਹਨਾਂ ਤਿੰਨ ਗੋਲਕਾਂ ਲਾਈਆਂ ਕਿ ਪਰਿਵਾਰ ਇੰਨਾ ਵੱਡਾ ਸੀਸ ਝੁਕਾਉਣ ਵਾਲਿਆਂ ਦਾ ਇੱਕ ਹੋਵੇ ਦਿਹਾੜੀ ਦੀ ਭਰ ਜਾਂਦੀ ਹੈ ਗੋਲਕ ਨੇ ਐਡੀ ਵੱਡੀ ਵਿੱਚ ਅੱਠ ਦਸ ਬੰਦੇ ਉਤਰ ਸਕਦੇ ਆਪੋ ਸਾਹਿਬ ਪਰਿਵਾਰ ਇੰਨਾ ਵੱਡਾ ਤੁਸੀਂ ਜਾਓ ਇੱਕ ਗੋਲਕ ਸਾਈਡ ਤੋਂ ਜਾਂ ਦੂਜੀ ਸਾਈਡ ਤੇ ਚੀਜ਼ੀ ਐਵੇਂ ਨਹੀਂ ਕੋਈ ਚੱਲਦਾ
ਕਿਸੇ ਦਾ ਕੋਈ ਰੋਗ ਜਾ ਰਿਹਾ, ਕਿਸੇ ਦਾ ਕੋਈ ਕਸ਼ਟ ਜਾ ਰਿਹਾ, ਕਿਸੇ ਦੇ ਦੁੱਖ ਜਾ ਰਿਹਾ। ਭਾਈ ਤਿੰਦਰਪਾਲ ਸਿੰਘ ਜੀ ਨੇ ਇੱਕ ਵਾਰੀ ਅੰਮ੍ਰਿਤਸਰ ਬਚਨ ਕੀਤਾ ਸੀ, ਕਹਿੰਦੇ ਸ਼ਹੀਦ ਜਦੋਂ ਸਰੀਰ ਚ ਹੁੰਦਾ ਹੋ ਸਕਦਾ ਇੱਕ ਜਗ੍ਹਾ ਵਿਚਰੇ, ਪਰ ਜਦੋਂ ਸ਼ਹੀਦ ਸ਼ਹੀਦ ਹੋ ਜਾਂਦਾ ਤੇ ਪਰਮੇਸ਼ਰ ਚ ਅਭੇਦ ਹੋ ਜਾਂਦਾ, ਜਦੋਂ ਪਰਮੇਸ਼ਰ ਚ ਅਭੇਦ ਹੋ ਜਾਂਦਾ ਤੇ ਹਰ ਜਗ੍ਹਾ ਤੇ ਵਿਚਰ ਕੇ ਝੋਲੀ ਭਰ ਸਕਦਾ। ਉਹ ਕੈਲੀਫੋਰਨੀਆ ਵਿਚਰ ਕੇ ਵੀ ਝੋਲੀ ਭਰ ਸਕਦੇ ਆਪੋ ਸਾਧ ਨੂੰ ਬਾਬਾ ਜੀ, ਹਰ ਜਗ੍ਹਾ ਅਭੇਦ ਹੋ ਗਿਆ, ਉਹ ਹਰ ਜਗ੍ਹਾ। ਵਿਚਰੇ ਘਰ ਸਾਰੇ ਜਿਨਕੋ ਨਾਮ ਸ਼ਹੀਦ ਹੈ ਸਭ ਪਰਬਤਾਂ ਦੇ, ਉਹ ਜਿੱਥੇ ਚਾਰ ਤਮਤ ਲੋਕ ਭਵ ਲੋਕ ਲੰਘ ਵਿਚਰੇ ਘਰ ਸਾਰੇ ਜਿਨਕੋ ਨਾਮ ਸ਼ਹੀਦ ਹੈ ਸਭ ਪਰ ਬਲਤਾ ਹੈ ਆਪੋ ਸਾਥ, ਉਹ ਹਰ ਜਗ੍ਹਾ ਵਿਚਰ ਸਕਦੇ। ਚਲੋ ਇੱਦਾਂ ਮੈਂ ਜਾਣਾ, ਪਰ ਮੈਂ ਪਿਤਾ ਜੀ ਦੇ ਚਰਨਾਂ ਹੀ ਕਹਿ ਰਿਹਾ ਵੀ ਬਾਬਾ ਜੀ ਦੇ ਬਹੁਤ ਸਥਾਨ ਨੇ, ਇਹ ਮੈਂ ਜਿਹਦਾ ਨਾਂ ਲੈ ਰਿਹਾ ਉਹ ਸ਼ਹੀਦਗੰਜ ਹੈ ਜਿੱਥੇ ਬਾਬਾ ਜੀ ਦੇ ਸਰੀਰ ਦਾ ਸੰਸਕਾਰ ਹੋਇਆ। ਥੋੜ੍ਹੀ ਜਿਹੀ ਅੱਗੇ ਜਾਓ ਫਿਰ ਜਿੱਥੇ ਬਾਬਾ ਜੀ ਦਾ ਸੀਸ ਲੱਥਾ ਟਾਲਾ ਸਾਹਿਬ, ਉੱਥੇ ਪਾਰਾਵਾਰ। ਥੋੜ੍ਹੀ ਅੱਗੇ ਜਾਓ ਫਿਰ ਉਹ ਗੁਰਦੁਆਰਾ ਲਲਕਾਰ ਸਾਹਿਬ ਜਿੱਥੇ ਦੁਸ਼ਮਣ ਨੂੰ ਲਲਕਾਰਿਆ ਬਾਬਾ ਜੀ। ਥੋੜ੍ਹੀ ਅੱਗੇ ਜਾਓ ਫਿਰ ਗੁਰਦੁਆਰਾ ਲਕੀਰ ਸਾਹਿਬ ਜਿੱਥੇ ਲਕੀਰ ਖਿੱਚੀ ਹੈ ਵੀ ਇਹ ਲਕੀਰ ਉਹ ਟੱਪੇ ਜਿਹਨਾਂ ਨੂੰ ਮੌਤ ਨਾਲ ਪਿਆਰ ਹੈ, ਜਿਹਨੂੰ ਜੰਗ ਗੁਰੂ ਨਾਨਕ ਦੇ ਘਰ ਨੂੰ ਬਾਬਾ ਜੀ ਜਾਲਮਾਂ ਤੋਂ ਛੁਡਾਉਣ ਆਏ। ਅਤੇ ਜਿੱਥੇ ਬਾਬਾ ਜੀ ਦਾ ਆਗਮਨ ਹੋਇਆ ਗੋਬਿੰਦ ਸਾਹਿਬ, ਜਿੱਥੇ ਬਾਬਾ ਜੀ ਨੇ ਸਾਬੋ ਕੀ ਤਲਵੰਡੀ ਸਾਰੀ ਸੇਵਾ ਨਿਭਾਈ ਸਰੂਪ ਲਿਖਣ ਦੀ ਆਖੋ ਸਾਧਨ ਹਨ। ਹਰ ਜਗ੍ਹਾ ਪੈਰ ਰੱਖਣ ਦੀ ਜਗ੍ਹਾ ਨਹੀਂ ਉਹਨਾਂ ਦੀ, ਸਤਸੰਗ ਸ਼ਕਤੀ ਕਿਰਪਾ ਵਰਤ ਰਹੀ ਆਖੋ ਸਾਧਨ। ਦੂਜਾ ਬਲਿਹਾਰ ਜਾਣਾ ਭਗਤ ਦੇ ਅਸਥਾਨ ਤੇ ਕੋਈ ਸਰੀਰ ਕਰਕੇ ਸੇਵਾ ਹਾਜ਼ਰੀ, ਅੱਜ ਜਿਹੜੀ ਵਿਚਾਰ ਆਦਿ ਮੈਂ ਕਰਨੀ ਚਾਹੁੰਦੇ ਹਾਂ। ਇੱਕ ਤੀਜਾ ਬਲਿਹਾਰ ਜਾਣਾ ਸਭ ਤੋਂ ਵੱਡਾ ਆਖੋ ਸਾਧਨ, ਜਿਹੜਾ ਅੱਜ ਦਸ ਮਿੰਟ ਆਪਾਂ ਵਿਚਾਰ ਲਿਆ। ਪਹਿਲਾ ਬਲਿਹਾਰ ਜਾਣਾ ਰਸਨਾ ਨਾ ਧਨ ਕਹਿਣਾ, ਦੂਜਾ ਸਰੀਰ ਕਰਕੇ। ਬਾਬਾ ਜੀ ਇੰਨੇ ਦਿਨ ਮੈਂ ਝਾੜੂ ਦੀ ਸੇਵਾ ਸਰੀਰ ਕਰਕੇ ਆਪ ਜੀ ਦੇ ਸਾਹਮਣੇ ਕਹਿ ਰਹੇ ਕੋਈ ਹੋਰ। ਤੇ ਤੀਜਾ ਬਲਿਹਾਰ ਜਾਣਾ ਉਹ ਸਭ ਤੋਂ ਵੱਡਾ, ਉਹ ਕੀ ਹੈ ਜੋ ਬਾਬਾ ਦੀਪ ਸਿੰਘ ਜੀ ਨੇ ਕਮਾਇਆ, ਜੋ ਪੂਰਨੇ ਪਾਏ ਨੇ, ਅਸੀਂ ਅੱਜ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ। ਇਹ ਤੀਜਾ ਬਲਿਹਾਰ ਜਾਣਾ ਦਸ ਵੀਹ ਪੈਸੇ ਬਾਬਾ ਜੀ ਨੇ ਜੋ ਉਪਦੇਸ਼ ਦਿੱਤਾ ਜੋ ਕਮਾਇਆ ਉਹਦੇ ਮਗਰ ਚੱਲਣਾ ਆਖੋ ਸਾਨੂੰ, ਇਹ ਤੀਜਾ ਬਲਿਹਾਰ। ਤੁਸੀਂ ਸਾਰੀਆਂ ਭੈਣਾਂ ਮੇਰੇ ਵੀਰ ਫੀਲ ਨਾ ਕਰਿਓ, ਪਰ ਬਾਈ ਚਾਂਸ ਕਿਸੇ ਦੇ ਘਰ ਸਮਾਂ ਬਣਿਆ, ਉਹਨੇ ਟੈਸਟ ਕਰਾ ਲਿਆ, ਆ ਗਈ ਲੜਕੀ ਟੈਸਟ ਵਿੱਚ, ਤੇ ਹੁਣ ਘਰ ਵਿੱਚ ਆਹ ਚੱਲ ਪਈ, ਲੜਕੀ ਨਹੀਂ ਰੱਖਣੀ, ਅਬੋਰਸ਼ਨ ਕਰਾਉਣੀ ਹੈ। ਉਹ ਬੱਚੀ ਉਹ ਪਰਿਵਾਰ ਬਾਬਾ ਜੀ ਨੂੰ ਕਿਵੇਂ ਧੰਨ ਕਹੇਗਾ, ਕਿਵੇਂ ਕਹੇਗਾ ਬਾਬਾ ਦੀਪ ਸਿੰਘ ਮੇਰੇ ਪਿਓ ਨੇ। ਬਾਬਾ ਦੀਪ ਸਿੰਘ ਕਹਿਣਗੇ ਮੈਂ ਤੇ ਧੀਆਂ ਦੀ ਰਾਖੀ ਕਰਦਾ ਰਿਹਾ ਤੇ ਤੂੰ ਮੇਰੀ ਕਾਹਦੀ ਧੀ, ਤੂੰ ਧੀਆਂ ਨੂੰ ਨਫ਼ਰਤ ਕਰਦੀ। ਆ ਤੀਜਾ ਬਲਿਆ ਗਿਆ ਜੋ ਉਹਨਾਂ ਨੇ ਕੀਤਾ, ਅਸੀਂ ਰੀਸ ਨਹੀਂ ਕਰ ਸਕਦੇ। ਦਸ ਪੈਸੇ ਚਲੀ ਗਏ ਆਖੋ ਸਾਧਨਾਂ, ਵੀਹ ਪੈਸੇ ਬਾਬਾ ਦੀਪ ਸਿੰਘ ਜੀ ਧੀਆਂ ਨੂੰ ਬਚਾ ਕੇ ਇੱਕ ਇੱਕ ਦੇ ਘਰ ਭੇਜਦੇ, ਉਹਨਾਂ ਦੀ ਰਾਖੀ ਕਰਦੇ, ਅਸੀਂ ਧੀਆਂ ਨੂੰ ਨਫ਼ਰਤ ਕਰੀਏ। ਇਹ ਬਾਰਾਂ
ਜਾਣਾ ਸਟੇਜਾਂ ਤੋਂ ਨਹੀਂ ਹੈਂਡ ਤੋਂ ਮਿਲੇਗਾ, ਕਿੱਥੋਂ ਮਿਲੇਗਾ ਆਪੋ ਸਾਧੂ ਖਾਂ ਕਿਹੜੀ ਜਗ੍ਹਾ ਤੋਂ? ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ਼ਾਰੇ ਨੇ, ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾ। ਸਾਡੇ ਅੰਮ੍ਰਿਤ ਛਕਣ ਵੇਲੇ ਇਸ਼ਾਰੇ ਨੇ, ਨੜੀ ਮਾਰ ਕੁੜੀ ਮਾਰ ਨਾਲ ਨਹੀਂ ਵਰਤਣਾ ਆਖੋ ਸਾਧਨ ਇਸ਼ਾਰੇ। ਅੱਜ ਆ ਸੁਪਿਰਤ ਲੈ ਕੇ ਚੜ੍ਹ ਅਸਲੀ ਤੁਹਾਡਾ ਆਪ ਲਿਆ ਜਾਣਾ ਵੀ ਜੋ ਬਾਬਾ ਜੀ ਨੇ ਜ਼ਿੰਦਗੀ ਚ ਕੀਤਾ ਨਾ ਕਮਾਇਆ ਉਹਨੂੰ ਪੜ੍ਹੋ, ਸੰਗਤ ਜਾ ਕੇ ਸੁਣੋ, ਦਸ ਪੈਸੇ ਚੱਲ ਪੋ ਆਖੋ ਸਾਧਨ, ਵੀਹ ਪੈਸੇ ਚੱਲ ਪੋ, ਪੱਚੀ ਪੈਸੇ ਹੁਣ ਬਾਬਾ ਜੀ ਦਾ ਧੀਆਂ ਦਾ ਸੁਣਿਆ ਜੀ, ਹੁਣ ਬਾਬਾ ਜੀ ਦਾ ਰੱਜ ਸੁਣ ਲਓ, ਰੱਜ ਉਹ ਰੱਜ ਪੈਦਾ ਕਰੋ। ਕੈਲੀਫੋਰਨੀਆ ਚ ਰਹਿੰਦੇ ਆ, ਤੁਹਾਡੀ ਦੋ ਭਰਾਵਾਂ ਦੀ ਕੋਈ ਵੰਡ ਵੀ ਹੋ ਰਹੀ ਹੈ ਨਾ, ਇਹੋ ਜਿਹੇ ਰੱਜ ਵਿੱਚ ਰਵੋ, ਜੇ ਲੱਖ ਦੋ ਲੱਖ ਉਧਰ ਚਾਰ ਲੱਖ ਵੱਧ ਚਲਾ ਗਿਆ, ਖੁਸ਼ ਹੋਵੋ ਖੁਸ਼ ਹੋਵੋ, ਸ਼ੁਕਰ ਹੈ ਗੁਰੂ ਰਾਮਦਾਸ ਮੇਰੇ ਭਰਾ ਦਾ ਘਰ ਭਰਿਆ ਆਖੋ ਸਾਧੂ ਜੀ। ਬਾਬਾ ਜੀ ਇਹ ਰੱਜ ਚ ਵਿਚਰੇ ਕਿੱਥੇ ਵਿਚਰੇ? ਸਿਆਲਕੋਟ ਦਾ ਇਲਾਕਾ ਜਿੱਤੇ ਬਾਬਾ ਜੀ ਨੇ, ਬਾਬਾ ਦੀਪ ਸਿੰਘ ਜੀ ਸਾਰੇ ਸਿੰਘ ਵਧਾਈ ਦੇਣ ਲੱਗ ਪਏ, ਬਾਬਾ ਜੀ ਵਧਾਈ ਹੋ ਗਏ, ਬਾਬਾ ਜੀ ਬਹੁਤੀ ਵਧਾਈ ਹੋ ਗਈ, ਕਹਿੰਦੇ ਵੀ ਇਲਾਕੇ ਤੇ ਹੋਰ ਵੀ ਜਿੱਤੀ ਦੇ ਹੈ, ਇਹ ਵੀ ਬਹੁਤੀ ਵਧਾਈ ਦੇ ਰਹੇ। ਉਹ ਸਾਰੇ ਸਿੰਘ ਕਹਿੰਦੇ ਬਾਬਾ ਜੀ ਸਿਆਲਕੋਟ ਦੀ ਆਮਦਨ ਬੜੀ ਹੈ ਆਖੋ ਸਾਧੂ, ਆ ਇਲਾਕੇ ਦੀ ਨਾ ਆਮਦਨ ਬੜੀ ਹੈ, ਇਹ ਤਾਂ ਜ਼ਿਆਦਾ ਵਧਾਈ ਹੈ ਆਪਾਂ ਨੂੰ, ਹੁਣ ਸਾਰੀ ਆਮਦਨ ਆਪਾਂ ਜਿੱਤ ਲਿਆ ਇਲਾਕਾ, ਇਹ ਹੁਣ ਸਾਰੀ ਆਮਦਨ ਸਾਨੂੰ ਆਈ। ਆ ਜੇ ਬਾਬਾ ਦੀਪ ਸਿੰਘ, ਬਾਬਾ ਦੀਪ ਸਿੰਘ ਜੀ ਦਾ ਨਾਲ ਹੀ ਫੁਰਨਾ ਬਣ ਗਿਆ, ਉਹ ਸਾਡੇ ਸਿੰਘ ਕਿਤੇ ਮਾਇਆ ਦੇ ਪ੍ਰਭਾਵ ਚ ਨਾ ਆਏ ਆਖੋ ਸਾਧੂ, ਇਹਨਾਂ ਦੇ ਅੰਦਰ ਜ਼ਿਆਦਾ ਵਧਾਈ ਆ ਗਈ ਵੀ ਇਲਾਕੇ ਦੀ ਆਮਦਨ ਬੜੀ ਸਿਆਲਕੋਟ ਦੀ, ਤੇ ਸਾਨੂੰ ਸਾਰੀ ਆਮਦਨ ਆਪਾਂ ਇਲਾਕਾ ਜਿੱਤੇ ਬੜਾ ਫਾਇਦਾ ਹੋਊ। ਆ ਜੇ ਬਾਬਾ ਜੀ ਜਗਾਰਾ ਦੇਣਾ ਤਕੜਾ ਸੁਣਨ ਤੋਂ ਬਾਅਦ, ਬਾਬਾ ਦੀਪ ਸਿੰਘ ਜੀ ਨੇ ਉਸੇ ਵੇਲੇ ਹੀ ਫੈਸਲਾ ਲੈ ਲਿਆ, ਕੀ ਐਡਾ ਰੱਜ ਸੀ ਕਦਾਈ, ਕੀ ਫੈਸਲਾ ਲੈ ਲਿਆ ਬਾਬਾ ਜੀ ਕਹਿੰਦੇ ਸਿੰਘੋ ਸਿਆਲਕੋਟ ਦੀ ਸਾਰੀ ਆਮਦਨ ਕਿਸੇ ਸਿੰਘ ਨੇ ਹੱਥ ਨਹੀਂ ਲਾਉਣਾ, ਉਹਦੀ ਸਾਰੀ ਆਮਦਨ ਨਾਲ ਗੁਰਦੁਆਰਾ ਬੇਰ ਸਾਹਿਬ ਦਾ 24 ਘੰਟੇ ਲੰਗਰ ਚੱਲੇ। ਕਿਉਂਕਿ ਮੈਨੂੰ ਇਹ ਬਾਬੇ ਦਾ ਵਾਜਾ ਲਿਜਾਂਦਾ ਹਰ ਜਗ੍ਹਾ, ਹੋ ਸਕਦਾ ਤੁਸੀਂ ਵੀ ਵਿਚਰਦੇ ਹੋਵੋ ਪਰ ਇੰਨਾ ਟਰੈਵਲ ਨਹੀਂ ਹੋਏਗਾ ਸ਼ਾਇਦ ਜਿੰਨਾ ਇੱਕ ਕੀਰਤਨ ਦੇ ਨਾਤੇ ਸਾਡਾ ਟਰੈਵਲ। ਵਰਲਡ ਵਿੱਚ ਜੈ ਜੈਕਾਰ ਹੈ ਬਾਬਾ ਦੀਪ ਸਿੰਘ ਜੀ ਆਪੋ ਸਾਹਮਣੇ, ਟੋਟਲ ਜਿੱਥੇ ਚਲੇ ਜਾਓ ਸਾਰੇ ਹੀ ਕਹਿੰਦੇ ਨੇ ਬਾਬਾ ਜੀ ਵਰਗੇ, ਬਾਬਾ ਦੀਪ ਸਿੰਘ ਵਰਗੇ ਬਾਬਾ ਜੀ ਜੀ ਮੈਨੂੰ ਬਹੁਤ ਪਿਆਰ ਕਰਦੇ, ਹਰ ਪੀ ਕਹਿੰਦੀ ਹਰ ਪੀ। ਉਦੋਂ ਸੋਚੀ ਰਹੇ ਵੀ ਬਾਬਾ ਜੀ ਨੇ ਕੀ ਕੀਤਾ ਕਿ ਇੰਨੀ ਸੰਗਤ ਵਿਕੀ ਪਈ ਹੈ, ਉਦੋਂ ਆਹ ਨਜ਼ਰ ਆਉਂਦਾ ਵੀ ਬਾਬਾ ਦੀਪ ਸਿੰਘ ਜੀ ਆਹ ਜਿਹੜੇ ਰੱਜ ਸੀ ਨਾ ਰੱਜ ਆ ਜੈ ਜੈਕਾਰ ਹੈ ਆਖੋ ਸਾਧੂ, ਉਹ ਰੱਜ ਜੈ ਜੈਕਾਰ ਆ ਨੇ ਬਾਬਾ ਦੀਪ ਸਿੰਘ। ਉਹ ਕਹਿੰਦੇ ਨੇ ਸਿਆਲਕੋਟ ਦੀ ਆਮਦਨ ਬੜੀ ਫਾਇਦਾ ਹੋ, ਬਾਬਾ ਜੀ ਨੇ ਫੈਸਲਾ ਲਿਆ ਮਾਇਆ ਚ ਨਾ ਸਿੰਘ ਫਸ ਜਾਣ, ਕਹਿੰਦੇ ਬੇਰ ਸਾਹਿਬ ਦਾ 24 ਘੰਟੇ ਲੰਗਰ ਚੱਲੇ ਆਖੋ ਸਾਧਨਾ। ਮੇਰਾ ਦਿਲ ਕਰਦਾ ਜੀ ਪਿਆਰ ਵਿੱਚ ਕਹਿ ਰਿਹਾ, ਇੱਕ ਵਾਰੀ ਵੀਰ ਕਹਿ ਦਿਓ ਇੱਕ ਵਾਰੀ ਭੈਣਾ, ਧੰਨ ਧੰਨ ਧੰਨ।
ਬਾਬਾ ਜੀ ਕੋ ਸੰਤੋਖ ਸੀ ਤਾਰਾ ਜੀ ਸੀ ਆਖੋ ਸਾਧ ਸੁਪਨ ਮਨੋਰਥ ਫਿਰਦੇ ਸਭ ਕਾ ਜੇ ਬਾਬਾ ਜੀ ਤੁਸੀਂ ਕੌਣ ਬਿਨਾ ਸੰਤੋਖ ਨਹੀਂ ਤੁਰਦਾ ਜੇ ਪ੍ਰਭ ਕੋ ਸਿਮਰੈ ਸੇ ਬੇਮੌਤਾ ਜੇ ਬਾਬਾ ਜੀ ਕੌਣ ਸੀ ਪ੍ਰਭ ਕੋ ਸਿਮਰੈ ਸੇ ਬੇਮੌਤਾ ਜੇ ਓ ਪ੍ਰਭ ਕੋ ਸਿਮਰੈ ਸੇ ਸਰਵ ਕੇ ਹਰਿ ਮਨ ਸੇ ਸਰਵ ਕੇ ਰਾਜੇ ਧਨ ਹੈ ਤੁਹਾਡੇ ਲਈ ਹੈਰਾਨਗੀ ਦੀ ਗੱਲ ਹੋਊਗੀ ਬਾਬਾ ਦੀਪ ਸਿੰਘ ਕਿੰਨੀ ਕਮਾਈ ਪ੍ਰਸੀਸ ਝੁਕਦਾ ਸੰਗਤ ਦੇ ਜੂਟੇ ਕੌਡਰੀ ਮਾਰੇ ਆਖੋ ਸਾਹਿਬ ਆਪ ਲਿਆ ਮਾਇਆ ਵੱਲੋਂ ਕੋਠੀਆਂ ਵੱਲੋਂ ਕਾਰਾਂ ਵੱਲੋਂ ਗੁਣੀ ਗਿਆਨੀ ਵੱਲੋਂ ਲੀਡਰਸ਼ਿਪ ਵੱਲੋਂ ਜਿੱਥੇ ਮਰਜ਼ੀ ਕਲਗੀਆਂ ਦਾ ਤੁਹਾਨੂੰ ਉੱਚਾ ਚੁੱਕ ਕੇ ਲੈ ਜੇ ਪਰ ਸਾਧ ਸੰਗਤ ਹੱਥੀ ਸੇਵਾ ਜ਼ਰੂਰ ਕਦੀ ਕਦੀ ਕਰਨੀ ਹੈ ਮੈਨੂੰ ਜਿੱਥੇ ਮਰਜ਼ੀ ਨੂੰ ਪਹੁੰਚਾਇਆ ਹੈ ਮੈਂ ਤੇਰਾ ਸੇਵਾਦਾਰ ਹੀ ਹਾਂ ਜਿਹੜੇ ਚਾਰ ਆਖੋ ਸਾਨੂੰ ਆਹ ਚੀਜ਼ਾਂ ਲੈਣੀ ਇਹ ਮੇਰੀ ਅੱਖੀ ਦਿੱਤੀ ਬਾਤ ਹੈ ਦਿੱਲੀ ਕਿਸੇ ਕੋਲ ਸਕੂਟ ਉਹ ਰੋਜ਼ ਬੰਗਲਾ ਸਾਹਿਬ ਜਾਣਾ ਦੋ ਘੰਟੇ ਜੋੜੇ ਪਾਲਿਸ਼ ਕਰਦੇ ਸੰਗਤਾਂ ਦੇ ਜੋੜੇ ਘਰ ਬੰਗਲਾ ਸਾਹਿਬ ਰੋਜ਼ ਉਹ ਕਿਤੇ ਵਰਤ ਗਏ ਬਾਲਾ ਪ੍ਰੀਤਮ ਗੁਰੂ ਹਰਕਿਸ਼ਨ ਸਾਹਿਬ ਅਤੇ ਉਹ ਪਲਾਟ ਫਸਿਆ ਸੀ ਉਹ ਕਿਰਪਾ ਹੋ ਗਈ ਕਿਤੇ ਨੰਬਰ 'ਚ ਆ ਗਿਆ ਗੌਰਮੈਂਟ ਦੀ ਉਹ ਲਾਟਰੀ ਦੇ ਅਤੇ ਉਹਦੇ ਨਾਂ ਹੋ ਗਿਆ ਉਹ ਪਲਾਟ ਵਿਕ ਗਿਆ 2.5 ਕਰੋੜ ਦਾ ਹੁਣ ਕਰੋੜ ਦੀ ਕੋਠੀ ਵੀ ਬਣ ਗਈ 25 ਲੱਖ ਦੀ ਕਾਰ ਵੀ ਲੈ ਲਈ ਹੁਣ ਇਮਤਿਹਾਨ ਦਾ ਟਾਈਮ ਸੀ ਵੀ ਸਕੂਟਰ ਤੇ ਧਿਆਨ ਦਾ ਸੀ ਜੋੜੇ ਝਾੜਨ ਹੁਣ ਕਰੋੜ ਦੀ ਕੋਠੀ ਹੈ 25 ਲੱਖ ਦੀ ਕਾਰ ਹੈ ਹੁਣ ਗੁਰੂ ਵੇਖਦਾ ਆਉਂਦਾ ਕਿ ਨਹੀਂ ਆਪਸ ਵੀ ਹੁਣ ਵੱਡਾ ਹੋ ਗਿਆ ਕੋਠੀ ਵੱਲੋਂ ਕਾਰ ਵੱਲੋਂ ਪਰ ਯਕੀਨ ਜਾਣਿਓ ਮੈਨੂੰ ਇੰਨੀ ਖੁਸ਼ੀ ਉਹ ਦਿੱਲੀ ਦਾ ਸਰੀਰ ਜੋ ਬਾਲਾ ਪ੍ਰੀਤਮ ਗੁਰੂ ਹਰਕਿਸ਼ਨ ਸਾਹਿਬ ਨੇ ਜਿਹਨੂੰ ਚੁੱਕਣਾ ਹੋਵੇ ਉਹਦੇ ਲਈ ਛਿੰਨ ਦੀ ਗੱਲ ਹੈ ਤੇ ਸਾਡੀ ਤੇ ਰਾਜ ਕਰਾਵੇ ਰਾਜਾ ਦੇ ਛਿੰਨ ਮੈਂ ਨੀਚ ਕੀੜ ਕੋ ਰਾਜ ਉਹ ਛਿੰਨ ਜੋ ਵੀ ਵਰਤਣਾ ਹੋਵੇ ਵਰਤ ਜਾਂਦਾ ਵਰਤ ਗਿਆ ਔਰ ਤੁਸੀਂ ਹੈਰਾਨ ਹੋਵੋਗੇ ਉਹ ਸਰੀਰ ਨੇ 25 ਲੱਖ ਦੀ ਗੱਡੀ ਚਾਣਾ ਗੱਡੀ ਲਾਣੀ ਪਾਰਕ ਗੱਡੀ ਜੋ ਬਾਹਰ ਨਿਕਲਣਾ ਤੇ ਹੱਥ ਚ ਬੈਗ ਉਹ ਬੈਗ ਵਿੱਚ ਕੋਈ ਚਾਬੀਆਂ ਨੀ ਟਕਾਉਂਦੀਆਂ ਬੈਗ ਚ ਕੋਈ ਰਸੀਦ ਬੁੱਕ ਨੀ ਟਕਾਉਂਦੀ ਉਹ ਬੈਗ ਚ ਕੋਈ ਬਿੱਲ ਬੁੱਕ ਨੀ ਟਕਾਉਂਦੀ 25 ਲੱਖ ਦੀ ਗੱਡੀ ਚੋਂ ਬੈਗ ਲੈ ਕੇ ਨਿਕਲਣ ਬੈਗ ਹੈ ਕੀ ਇਹ ਪਾਲਿਸ਼ ਦੀਆਂ ਡੱਬੀ ਉਹ ਬੁਰਸ਼ ਉਹ ਖੁਰਪੀਆਂ ਸੰਗਤ ਦੇ ਜੋੜੇ ਤਾਂ ਨਾ ਮਿੱਟੀ ਲਾਉਣ ਵਾਲੀ ਨਿਕਲੀਆਂ ਖੁਰਪੀਆਂ ਉਸੇ ਤਰ੍ਹਾਂ 2 ਘੰਟੇ ਆ ਲਿਆਓ ਜੀਵਨ ਵਿੱਚ ਜੇ ਬਾਬਾ ਜੀ ਦੇ ਪਿਆਰੇ ਹੋ ਬਾਬਾ ਦੀਪ ਸਿੰਘ ਜੀ ਕਿੱਡੇ ਬ੍ਰਹਮ ਬੇਤਾ ਅੱਜ ਲੱਖਾਂ ਦੀਆਂ ਝੋਲੀਆਂ ਭਰਦੇ
ਇੱਥੇ ਆ ਕੇ ਸਿਰ ਨਹੀਂ ਚੁੱਕਦਾ ਆਪ ਬਾਬਾ ਜੀ ਸੰਗਤ ਦੇ ਕੋਲੇ ਵੀ ਜੁੱਠੇ ਮਾਝੇ ਆਖੋ ਸਾਡੇ ਲਈ ਪ੍ਰੇਰਨਾ ਮੈਂ ਛੋਟਾ ਹੁੰਦਾ ਨਾ ਗਾਥਾ ਸੁਣਦਾ ਸੀ ਗਾਥਾ ਕਿਸੇ ਰਾਜੇ ਦੇ ਮਹਿਲਾਂ ਚ ਕੋਈ ਦਾਸੀ ਝੜਦੇ ਨਹੀਂ ਕਿੰਨੇ ਸਾਲ ਤੋਂ ਦੇ ਰਹੀ ਰਾਜੇ ਨੂੰ ਦਇਆ ਜੀ ਆ ਗਈ ਕਹਿੰਦੇ ਕਿੰਨੇ ਸਾਲ ਹੋ ਗਏ ਮੈਂ ਛੋਟਾ ਜਿਹਾ ਹੁੰਦਾ ਸਾਂ ਹੁਣ ਰਾਜਾ ਬਣ ਗਿਆ ਮੇਰਾ ਪਿਓ ਰਾਜਾ ਸੀ ਝਾੜੀ ਉਹਨੂੰ ਕਹਿੰਦੇ ਉਹ ਰਿਹਾ ਉਹਨੂੰ ਦੋ ਲਾਲ ਦਿੱਤੇ ਕਹਿੰਦੇ ਲਾਲ ਲੈ ਲੈ ਇੰਨੇ ਕੀਮਤੀ ਨੇ ਤੇਰੀਆਂ 40-50 ਕੁਲਾਂ ਤੱਕ ਵੀ ਵਿਹਲੀਆਂ ਰਹਿ ਗਏ ਖਾਈਆਂ ਇਹ ਲਾਲ ਲੈ ਲੈ ਤੇ ਨੰਦ ਲੈ ਉਹ ਅਗਲੇ ਦਿਨ ਫਿਰ ਝਾੜੂ ਦੇ ਰਹੀ ਆਪ ਉਹ ਅਗਲੇ ਦਿਨ ਫਿਰ ਝਾੜੂ ਦੇ ਰਹੀ ਰਾਜੇ ਨੇ ਬੁਲਾ ਕੇ ਕਿਹਾ ਤੈਨੂੰ ਲਾਲ ਦੇਤੇ ਐ ਜੇ ਕੀਮਤੀ ਵੀ ਜਾ ਹੁਣ ਨੰਦ ਲੈ ਜੋ ਮਰਜ਼ੀ ਕੋਠੀਆਂ ਸਭ ਕੁਝ ਨੰਦ ਮਾਣ ਕੁੱਲਾਂ ਤੱਕ ਤੂੰ ਫਿਰ ਝਾੜੂ ਦੇਣਾ ਨਹੀਂ ਹੈ ਕੀ ਉਹਦਾ ਜਵਾਬ ਦਿੱਤਾ ਕਹਿੰਦੀ ਰਾਜਾ ਜਿਸ ਝਾੜੂ ਨੇ ਲਾਲਾਂ ਦੀ ਦਾਤ ਦਿੱਤੀ ਹੈ ਉਹ ਝਾੜੂ ਨਹੀਂ ਚੜ੍ਹਨਾ ਆਖੋ ਸਾਧਨਾ ਆਪਾਂ ਬਣਨਾ ਸੇਵਾਦਾਰ ਬਣਨਾ ਗਰੀਬੀ ਕਮਾਉਣੀ ਹੈ ਸਾਡਾ ਪਿਓ ਸੱਚਖੰਡ ਚੋਂ ਲੈ ਕੇ ਆਇਆ ਬਾਬਾ ਪਹਿਲਾਂ ਸੱਚਖੰਡ ਨੌਨਿਤ ਨਾਮ ਗਰੀਬੀ ਭਾਈ ਸਿੱਖੀ ਆ ਹੈ ਆਹ ਤੀਜਾ ਬਲਿਆਦ ਜਾ ਰਿਹਾ ਬਾਬਾ ਦੀਪ ਸਿੰਘ ਜੀ ਤੋਂ ਬਾਬਾ ਦੀਪ ਸਿੰਘ ਕਿੱਡੀ ਵੱਡੀ ਬ੍ਰਹਮ ਅਵਸਥਾ ਹੱਥੀ ਸੇਵਾ ਲੈ ਕੇ ਆਖੋ ਔਰ ਬਾਬਾ ਜੀ ਨਿਸ਼ਕਾਮ ਕੀਰਤਨ ਵੀ ਕਰ ਰਹੇ ਸੀ ਆਖੋ ਸਾਧਨਾ ਹੋ ਸਕੇ ਵੀ ਮਾੜਾ ਮਾੜਾ ਛਿੱਟਾ ਬੱਚਿਆਂ ਚ ਭੇਜ ਜ਼ਰੂਰ ਥੋੜਾ ਬਹੁਤਾ ਉਹਨੂੰ ਵੀ ਕੀਰਤਨ ਦੀ ਲੈ ਚ ਬੱਚਿਆਂ ਨੂੰ ਆਖੋ ਸਾਧਨਾ ਉਹ ਕਹਿੰਦੇ ਇੱਕ ਸ਼ਬਦ ਹੀ ਸਿੱਖੇਗਾ ਘਰ ਆ ਕੇ ਇੱਕ ਪੰਕਤੀ ਦਾ ਸਾਰੀ ਬੋਲੇਗਾ ਕੋਈ ਨਾ ਕੋਈ ਸੰਸਕਾਰ ਵਿੱਚ ਬਾਣੀ ਆਏਗੀ ਆਖੋ ਸਾਧਨਾ ਤੇ ਇੱਕ ਅੱਧੀ ਵਿਚਾਰ ਹੋਰ ਕਰਕੇ ਬਾਬਾ ਜੀ ਦੇ ਵਿਅੰਗ ਗਾਉਣਾ ਆਹ ਤੀਜਾ ਬਲਿਆਰ ਜਾਣਾ ਬਾਬਾ ਜੀ ਲੜਕੀਆਂ ਛਡਾਉਣ ਅਸੀਂ ਬੋਲਸ਼ਨ ਅਸੀਂ ਧੀਆਂ ਹੁੰਦਾ ਹੋ ਆਹ ਐਸਾ ਸਤੰਭ ਚੁੱਕ ਬਾਬਾ ਜੀ ਕੌਂਦੇ ਬਣ ਗਿਆ ਅਸੀਂ ਸੇਵਾਦਾਰ ਰਹਿਣਾ ਸਾਰੀ ਜ਼ਿੰਦਗੀ ਜੋ ਉਹਦਾ ਮਿਲੇ ਕਰਨਾ ਕਹਿਣਾ ਮਨ ਨੂੰ ਸੇਵਾਦਾਰ ਰੱਖਣਾ ਆਖੋ ਸਾਧਨਾ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਜਿਹੜੇ ਗੁਣਾਂ ਵਿੱਚੋਂ 10-20 ਪੈਸੇ ਇੱਕ ਗੁਣ ਮੈਂ ਹੋਰ ਕਰਕੇ ਸਾਂਝਾ ਕਿਉਂਕਿ ਮਗਰੋਂ ਥੋੜ੍ਹਾ ਇਸ਼ਾਰਾ ਆ ਗਿਆ ਜੀ 5-10 ਮਿੰਟ ਭਾਵੇਂ ਹੋਰ ਲਾ ਲਓ ਅਤੇ 5 ਮਿੰਟ ਵਿੱਚ ਸਮਾਪਤੀ ਇੱਕ ਵਾਰੀ ਪਿਆਰ ਨਾਲ ਕਹਿ ਦਿਓ ਸਾਰੇ ब्रह्म ज्ञानी का सब ऊपर हाथ भाई
ਬਾਬਾ ਜੀ ਚ ਵੀ ਗੁਣ ਸੀ ਗੁਰੂ ਬਿਨਾ ਮੈਂ ਇਹ ਵੀ ਲਿਆ ਫਿਰ ਬੋਲੋ ਗੁਰੂ ਬਿਨਾ ਮੈਂ ਸਾਰੀ ਸੰਗਤ ਨੂੰ ਖੁੱਲੀ ਬੇਨਤੀ ਕਰਦਾ ਜਿੱਦਣ ਬਾਬਾ ਜੀ ਨੇ ਅੰਮ੍ਰਿਤ ਛਕਿਆ 17 ਜਾਂ 18 ਸਾਲ ਉਮਰ ਸੀ ਬਾਬਾ ਜੀ ਆਏ ਨੇ 65 ਸਾਲ ਬਾਬਾ ਜੀ ਔਰ ਇਸ ਸੰਗਤ ਨੂੰ ਮੈਂ ਇੱਕ ਸ਼ੁਕਰਾਨਾ ਕਰਦਾ ਵਧਾਈ ਕੁਦਰਤੀ ਤੁਸੀਂ ਬਾਬਾ ਦੀਪ ਸਿੰਘ ਜੀ ਦਾ ਦਿਹਾੜਾ ਮਨਾ ਰਹੇ ਹੋ ਬਾਬਾ ਦੀਪ ਸਿੰਘ ਦਾ ਜਿੱਥੇ ਜਨਮ ਹੋਇਆ 65 ਸਾਲ ਉਹ ਬਾਬਾ ਜੀ ਦਾ ਤਰਸ ਹੈ ਉਹਦੀ ਸਾਰੀ ਕਾਰ ਸੇਵਾ ਝੋਲੀ ਚ ਪਾਈ ਰਹੀ ਆਪੋ ਸਾਧਨਾ ਉਹਨਾਂ ਦਾ ਤਰਸ ਕਦੀ ਮਨ ਆਵੇ ਬਾਬਾ ਜੀ ਦੇ ਜਨਮ ਸਥਾਨ ਤੇ ਰਹਿਣਾ 10 ਦਿਨ ਬਕਾਇਦਾ ਸਲਾਮ ਬਣੀ ਸਾਰੇ ਸ੍ਰੀ ਗੁਰੂ ਨੇ ਹੈ ਬਾਰਡਰ ਲਾਗਾ ਖੇਮ ਕਰਨ ਦਾ ਆਪੋ ਸਾਧਨਾ ਕੋਈ ਪਾਕਿਸਤਾਨ ਤੇ ਇਸ ਤਰ੍ਹਾਂ ਹੀ ਹੋਰ ਜੋ ਕੁਝ ਵੀ ਲੰਗਰ ਹਾਲ ਪ੍ਰਬੰਧਕੀ ਬਲੋਕ ਜੋੜੇ ਘਰ ਗੱਠੜੀ ਘਰ ਹੁਣ 5 ਕਰੋੜ ਦੀ ਲਾਗਤ ਨਾਲ ਬਾਬਾ ਜੀ ਦੀਵਾਨ ਹਾਲ ਕਿਉਂਕਿ ਐਡਾ ਪਰਿਵਾਰ ਮੈਂ ਦੱਸ ਨਹੀਂ ਸਕਦਾ ਸਾਡੇ ਅੱਖੀ ਦੇਖਦੇ ਦੇਖਦੇ 26 ਜਨਵਰੀ ਦਾ ਜੋੜ ਮੇਲਾ 1 ਦਿਨ ਭਰਦਾ ਸੀ ਬਾਬਾ ਜੀ ਦੇ ਜਨਮ ਦਿਹਾੜੇ ਦਾ ਹੁਣ 15 ਦਿਨ ਪਾਰਾਵਾਰ ਨਹੀਂ ਆਪੋ ਸਾਧਨਾ ਰੋਜ਼ ਲੱਖ ਤੋਂ ਵੱਧ 26 ਜਨਵਰੀ ਨੂੰ 4-5 ਦਾ 3-3 ਮੀਲ ਤੱਕ ਕਲੇਸ਼ ਲਾਉਣ ਦੀ ਜਗ੍ਹਾ ਨਹੀਂ ਉਦੋਂ ਹਿਰਦੇ ਚੋਂ ਨਿਕਲਦਾ ਬਾਬਾ ਜੀ ਕਿੱਥੇ ਚੌਂਕੜੇ ਮਾਰੇ ਕਿੱਥੇ ਕਮਾਈਆਂ ਕੀ ਤੈਨੂੰ ਕੋ ਪਰਜਾ ਪੂਜਣ ਆਈ ਵਾਹੋ ਵਾਹੋ ਕਰੇ ਸਹੀ ਜਨ ਸੋਹਣੇ ਤੈਨੂੰ ਕੋ ਪਰਜਾ ਇਹ ਸਭ ਕੁਝ ਵਰਤਦਾ ਗੱਜ ਕੇ ਆਖੋ ਸਰ ਇਹ ਵੀ ਬਲਿਆਰ ਜਾਣਾ ਜੀ ਮੈਂ ਮੈਨੂੰ ਲੰਬਾ ਨਹੀਂ ਲੈਣਾ ਜਿੱਦਣ ਉੱਥੋਂ 2 ਮਿੰਟ ਤੋਂ ਆਏ ਬਾਬਾ ਜੀ 17-18 ਸਾਲ ਦੀ ਗਰੀਬ ਉਮਰ ਹੈ ਅੰਮ੍ਰਿਤ ਦੀ ਦਾਤ ਲਈ ਬਾਜਾਂ ਦੇ ਮੁਬਾਰਕ ਹੱਥਾਂ ਦੀ ਆ ਸੰਗਤ ਨੇ ਵੀ ਗੁਣ ਲਏ ਜਿੱਦਣ ਫਿਰ ਅੰਮ੍ਰਿਤ ਛਕਿਆ ਗੁਰੂ ਗੋਬਿੰਦ ਸਿੰਘ ਦੇ ਬਣੇ ਉਸ ਦਿਨ ਤੋਂ ਬਾਅਦ ਕਿਸੇ ਹੋਰ ਬੰਨੇ ਮੁੱਖ ਨਹੀਂ ਕੀਤਾ ਕਿਹੜੀ ਪੜ੍ਹਾਈ ਕੀਤੀ ਗੁਰੂ ਬਿਨਾ ਮੈਂ ਗੁਰੂ ਬਿਨਾ ਮੈਂ ਗੁਰੂ ਬਿਨਾ ਮੈਂ ਤੁਹਾਡੇ ਸਾਰਿਆਂ ਦੀ ਕਿਰਪਾ ਇਹ ਮੈਂ ਸੁਣੀ ਰੰਗੇ ਹੋਏ ਉਹ ਬਖਸ਼ਿਸ਼ ਹੈ ਕਈ ਵਾਰੀ ਕੋਈ ਢਿੱਲਾ ਮੱਠਾ ਬੈਠਾ ਹੁੰਦਾ ਤਾਂ ਮਾੜਾ ਜਿਹਾ ਬੋਲ ਦਈਦਾ ਜੇ ਬਾਬਾ ਜੀ ਦੇ ਤੁਸੀਂ ਸ਼ਹੀਦੀ ਦਿਹਾੜਾ ਮਨਾ ਰਹੇ ਹੋ ਆਹ ਬਲਿਆਰ ਜਾਓ ਬਾਬਾ ਜੀ ਅੰਮ੍ਰਿਤ ਛਕਣ ਤੋਂ ਬਾਅਦ ਫਿਰ ਗੁਰੂ ਬਿਨਾ ਮੈਂ ਆਪਾਂ ਵੀ ਕਿਤੇ ਜ਼ਿੰਦਗੀ 'ਚ ਇਹੋ ਜਿਹਾ ਸਮਾਂ ਨਾ ਆਵੇ ਕਿ ਇਹ ਕਦਮ ਕਿਸੇ ਹੋਰ ਥੜੇ 'ਤੇ ਚਲੇ ਜਾਣ ਆਖੋ ਸਾਧਨਾ ਇਹ ਪੜ੍ਹਾਈ ਕਰਨੀ ਗੁਰੂ ਬਿਨਾ ਮੈਂ ਨਾ ਹੀ ਲਖਨਊ ਸੀ ਦਾਸ ਇਹ ਗੱਲਾਂ ਨੂੰ ਤਾਂ ਮਾੜਾ ਜਿਹਾ ਇਸ਼ਾਰਾ ਦੇਣਾ ਚਾਨਣਾ ਤਾਂ ਹੋਵੇ ਵੀ ਨਹੀਂ ਚਾਨਣਾ ਨਹੀਂ ਹੁੰਦਾ ਕੋਈ ਦਲੀਲ ਨਾ ਦਈਏ ਲਖਨਊ ਸੀ ਦਾਸ ਕੀਰਤਨ ਸਨ ਕਿਸੇ ਦੇ ਘਰ ਜਲ ਪਾਣੀ ਸੀ ਅਸੀਂ ਬੈਠੇ ਸੋਫੇ 'ਤੇ 10-12 ਬੰਦੇ ਬੈਠੇ ਹਾਂ ਆਪਸ 'ਚ 4-5 ਜਥੇ ਦੇ ਬਾਕੀ ਉਹ 2-3 ਸਰੀਰ ਅੰਦਰ ਐਂਟਰ ਹੋਏ ਉਹਨਾਂ ਦੇ ਘਰ ਇੱਕ ਨੇ ਮੈਨੂੰ ਫਤਿਹ ਬੁਲਾਈ ਨਾਲ ਹੱਥ ਮਿਲਾ ਦਿੱਤਾ ਮੇਰੇ ਕੋਲ ਹੀ ਬਹਿ ਗਿਆ ਜਦੋਂ ਨੇ ਹੱਥ ਮਿਲਾਇਆ ਨਾ ਸੰਗਤ ਜੀ ਇਹ ਹੱਥ 'ਚ ਵੀ 3-4 ਮੁੰਦਰੀਆਂ ਇੱਧਰ ਵੀ 3-4 ਮੁੰਦਰੀਆਂ ਉਹ ਮੇਰੇ ਇੱਧਰ ਵੀ ਮੁੰਦਰੀਆਂ ਲੱਗ ਗਈਆਂ ਮੇਰੇ ਹੱਥ ਨੂੰ ਇੱਧਰ ਵੀ ਉਹ ਹੁਣ ਹੱਥ ਛਡਾਵੇ ਮੈਂ ਛੱਡਾਂ ਨਾ ਆਪੋ ਸਾਧਨਾ ਉਹ ਛਡਾਵੇ ਮੈਂ ਛੱਡਾਂ ਨਾ ਕਹਿੰਦਾ ਹੱਥ ਨਹੀਂ ਛੱਡਦੇ ਮੈਂ ਕਿਹਾ ਮੁੰਦਰੀਆਂ ਬੜੀਆਂ ਪਾਈਆਂ ਮੈਂ ਸਮਝਦੇ ਗਿਆ ਰੋਜ਼ ਦਾ ਕੰਮ ਹੈ ਸਾਡਾ ਮੈਂ ਮਾੜਾ ਸਮਝਦੇ ਗਿਆ ਮੈਂ ਕਿਹਾ ਮੁੰਦਰੀਆਂ ਬੜੀਆਂ ਪਾਈਆਂ ਉਹਨੇ ਹੌਲੀ ਜਿਹੀ ਮੂੰਹ 'ਚ ਕਹਿੰਦਾ ਕਹਿੰਦਾ ਦੋਨੋਂ ਹੀ ਫਤਿਹ ਬਣਾਉਣੀ ਸੀ ਇਹਨਾਂ ਨੂੰ ਐਵੇਂ ਹੱਥ ਮਿਲਾ ਤਾ ਮੈਂ ਕਿਹਾ ਕੋਈ ਨਹੀਂ ਨਫ਼ਰਤ ਨਹੀਂ ਇਹ ਧਿਆਨ ਰੱਖਣਾ ਕੋਈ ਕਿਸੇ ਬੰਨੇ ਜਾਣ ਵਾਲਾ ਹੋਵੇ ਵੀ ਉਹਨੂੰ ਪਿਆਰ ਨਾਲ ਪ੍ਰੇਰਨਾ ਦੇਣੀ ਆਖੋ ਸਾਧ ਨਫ਼ਰਤ ਨਹੀਂ ਕਰਨੀ ਫਿਰ ਤਾਂ ਸਿੱਖੀ ਹੋਰ ਦੂਰ ਹੋਈ ਹੈ ਪਿਆਰ ਨਾਲ ਮੋੜਨਾ ਸੰਗਤ ਜੀ ਯਕੀਨ ਜਾਣ ਮੈਂ ਕਿਹਾ ਕੋਈ ਨਹੀਂ ਆਪਾਂ ਆਪਣੇ ਹੀ ਜਾਣ ਹੱਥ ਮਿਲਾ ਲਿਆ ਫਿਰ ਕੀ ਹੋ ਗਿਆ ਪਰ ਮੈਂ ਕਿਹਾ ਪੱਗ ਮੇਰੇ ਤੋਂ ਵੱਡੀ ਵਧੀ ਇਹ ਮੈਂ ਪਿਓ ਨਹੀਂ ਹੋਈ ਬੈਠਾ ਮੇਰੇ ਤੋਂ 3-4 ਇੰਚ ਉੱਚਾ ਕਰਨ ਹੋਗਾ ਪੂਰਾ ਸਰਦਾਰ ਜਾਂਦੇ ਹੈ ਦੂਰੋਂ ਜਾਂਦੇ ਗੁਰੂ ਘਰ ਸਰਦਾਰ
ਫਿਰ ਮੈਂ ਜਦੋਂ ਇੰਝ ਕਿਹਾ ਮੈਂ ਕਿਹਾ ਹੁੰਦਾ ਨੀ ਚਲੋ ਅਸੀਂ ਇੱਕ ਵੀ ਨਹੀਂ ਪਾਈ ਸੁਚਰਤਾ ਕਰਕੇ ਤਾਬੇ ਬਹਿਣਾ ਪੈਂਦਾ ਤੇ ਉਹ ਲੱਸ ਚਲੀ ਜਾਂਦੀ ਤੇ ਚਲੋ ਕੋਈ ਇੱਕ ਅੱਧੀ ਪਾ ਲਏ ਤੇ ਮੈਂ ਕਿਹਾ ਵੀ ਇੰਨੀਆਂ ਫਿਰ ਮੈਂ ਕਿਹਾ ਚੱਲ ਮੈਨੂੰ ਮਾੜਾ ਦੱਸ ਮੈਂ ਪਹਿਲੀ ਮੁੰਦਰੀ ਖੜ ਲਈ ਉਹਦੀ ਮੈਂ ਕਿਹਾ ਮਾੜਾ ਦੱਸ ਆ ਕਿਉਂ ਪਾਈ ਪਤਾ ਸਾਨੂੰ ਹੈ ਤੁਹਾਨੂੰ ਮੈਂ ਤਾਂ ਬੋਲ ਰਿਹਾ ਵੀ ਜਿੱਥੇ ਇਹ ਚੀਜ਼ਾਂ ਸਮਝ ਲਓ ਫਿਰ ਗੁਰੂ ਬਿਨਾਂ ਮੈਂ ਨਹੀਂ ਹੋਰ ਇਹ ਨਹੀਂ ਹੈਗਾ ਆਪੋ ਸਾਹਿਬ ਮੈਂ ਕਿਹਾ ਦੱਸ ਆਹ ਨਾਲ ਕਿਉਂ ਪਾਇਆ ਮੈਨੂੰ ਕਹਿੰਦਾ ਕਿਸੇ ਨੂੰ ਮੈਂ ਕਹਿਣਾ ਮੇਰੀ ਕੁੜੀ 26 ਸਾਲ ਦੀ ਹੋ ਗਈ ਸੀ ਉਹਦਾ ਰਿਸ਼ਤਾ ਨਹੀਂ ਹੋ ਰਿਹਾ ਸੀ ਕਿਸੇ ਸਿਆਣੇ ਨੇ ਕਿਹਾ ਇਹਦਾ ਵਰ ਬੰਨਿਆ ਇਹ ਨਗ ਪਾ ਲਓ ਵਰ ਖੁੱਲ ਜਾਏਗਾ ਆਪੋ ਸਾਹਿਬ ਮੈਂ ਕਿਹਾ ਕਿੰਨਾ ਚਿਰ ਹੋਇਆ ਪਾਇਆ ਕਹਿੰਦਾ ਸਾਲ ਮੈਂ ਖੁੱਲ ਗਿਆ ਕਹਿੰਦਾ ਨਹੀਂ ਮੈਂ ਹੁਣ ਕੀ ਇਹਦੀ ਜਗ੍ਹਾ ਤੂੰ ਇੱਕ ਸੁਖਮਨੀ ਸਾਹਿਬ ਵਧਾਇਆ ਹੁੰਦਾ ਪੰਜ ਜਪਜੀ ਸਾਹਿਬ ਵਧਾਏ ਹੁੰਦੇ ਹਫ਼ਤੇ ਬਾਅਦ ਦੇਖ ਲੈ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਦਾ ਵੱਡੇ ਵੱਡੇ ਕਰਮ ਉਹ ਕੱਟਣ ਦੇ ਸਮਰੱਥ ਨੇ ਬੇੜੀ ਚ ਵੀ ਦੂਜੀ ਨੀ ਚਲੇ ਗਏ ਝੋਲੀ ਵੀ ਨਹੀਂ ਮੈਂ ਕਿਹਾ ਜਾ ਦੂਜਾ ਦੱਸ ਕਹਿੰਦਾ ਥੋੜਾ ਕਰਜ਼ਾ ਚੜ ਗਿਆ ਸੀ ਤੇ ਕਿਸੇ ਨੇ ਕਿਹਾ ਤੁਹਾਡਾ ਕਿਸੇ ਨੇ ਰਿਜਕ ਬੰਨਿਆ ਇਹ ਨੰਗ ਪਾ ਲਓ ਰਿਜਕ ਖੁੱਲ ਜਾਏਗਾ ਆਖੋ ਸਾਹਿਬ ਇਹ ਕੀ ਹੈ ਕਿਸੇ ਵੈਸੇ ਮੁੰਦਰੀ ਪਾਈ ਕੋਈ ਨਹੀਂ ਇਸ ਭਾਵਨਾ ਨਾਲ ਪਾਈ ਹੈ ਵੀ ਇਹ ਨਗ ਪਾਉਣ ਨਾਲ ਇਹ ਕਿਸੇ ਨੇ ਬੰਨ ਪਾਇਆ ਉਹ ਖੁੱਲ ਜਾਏਗਾ ਤੇ ਸਮਝ ਲਓ ਫਿਰ ਗੁਰੂ ਗ੍ਰੰਥ ਸਾਹਿਬ ਛੋਟੇ ਹੋ ਗਏ ਇਹ ਨਗ ਵੱਡਾ ਹੋ ਗਿਆ ਅੱਜ ਦੇ ਬਾਬਾ ਜੀ ਦਾ ਦਿਹਾੜਾ ਮਨਾ ਰਹੇ ਹੋ ਦਾਸ ਨੂੰ ਦੱਸੋ ਕਿਤੇ ਇਤਿਹਾਸ ਦੇ ਇੱਕ ਪੰਨੇ 'ਚ ਦੱਸ ਦਿਓ ਕਿ ਬਾਬਾ ਦੀਪ ਸਿੰਘ ਨੇ ਗੁਰੂ ਗੋਬਿੰਦ ਸਿੰਘ ਤੋਂ ਇਲਾਵਾ ਕੁਝ ਹੋਰ ਵੇਖਿਆ ਹੋਵੇ ਇੱਕ ਜਗਾਰਾ ਬੁਲਾ ਕੇ ਪ੍ਰਵਾਨਗੀ ਦੇ ਦਿਓ ਸਤਿਕਾਰ ਸਭ ਦਾ ਕਰਾਂਗੇ ਪਰ ਝੋਲੀ ਅੱਡਾਂਗੇ ਤੇ ਗੁਰੂ ਗ੍ਰੰਥ ਸਾਹਿਬ ਅੱਗੇ ਅੱਡਾਂਗੇ ਅੱਜ ਕੱਲ੍ਹ ਦਾ ਜਗਾਰਾ ਹੋਰ ਸਿੰਘ ਬੁਲਾਓ ਤੇ ਸਤਿ ਸ੍ਰੀ ਅਕਾਲ ਪਤਾ ਲੱਗਣਾ ਸੋਚਣ ਲੱਗ ਜਾਏਗਾ ਜੀ ਹਾਂ ਕਮੇਟੀ ਵਾਲੇ ਤੇ ਗੁਰਮੁਖ ਪਿਆਰੀਆਂ ਨੂੰ ਬਾਬਾ ਜੀ ਦਾ ਦਿਹਾੜਾ ਮਨਾ ਰਹੇ ਆਹ ਮਨਾਉਣਾ ਅਸਲੀ ਉਹਨਾਂ ਦੇ ਗੁਣਾਂ ਨੂੰ ਸਮਝੀਏ ਤੇ ਉਹ ਤੇ 10-20 ਪੈ ਜਾਂਦੀ ਹੁਣ ਮੈਂ ਅਖੀਰਲੀ ਗੱਲ ਕਹਿਣ ਲੱਗਾ ਜੀ ਜਿਹੜੇ ਕਈ ਕਹਿੰਦੇ ਉਹਦੀ ਬਾਣੀ ਨਹੀਂ ਪੜ੍ਹਨੀ ਚਾਹੀਦੀ ਆਪੋ ਸਾਹਿਬ ਹੈ ਜੀ ਆ ਜੀ ਉਹ ਜੀ ਤੇ ਹੁਣ ਮੈਂ ਬਾਬਾ ਜੀ ਬੇਅੰਤ ਗੁਣਾਂ ਚੋਂ ਸਿਰਫ ਇਹ ਇੱਕ ਮਿੰਟ ਬੋਲ ਕੇ ਸਮਾਪਤੀ ਕਰਨ ਲੱਗਾ ਕਿਉਂਕਿ ਪ੍ਰਬੰਧਕਾਂ ਵੱਲੋਂ ਹੀ ਮਗਰੋਂ ਆ ਗਿਆ ਸੀ ਹੋਰ ਲਾਲਤ ਹੈ ਬਾਬਾ ਜੀ ਦੇ ਤੁਸੀਂ ਗੁਣ ਸੁਣੇ ਰਾਜੋ ਨਾਲ ਬਾਬਾ ਜੀ ਦੇ ਤੁਸੀਂ ਗੁਣ ਸੁਣੇ ਮਨ ਸੇਵਾ ਦਾ ਬਰਤਨ ਮਾਂਜਣੇ ਆਖੋ ਸਾਥੀ ਬਾਬਾ ਜੀ ਦੇ ਤੁਸੀਂ ਗੁਣ ਸੁਣੇ ਬੱਚੀਆਂ ਨੂੰ ਛਡਾਉਣਾ ਅਸੀਂ ਵੀ ਇਹਨਾਂ ਨੂੰ ਮੁੰਡਿਆਂ ਤੋਂ ਵੱਧ ਹੀ ਸਮਝੀ ਆਖੋ ਸਾਧਨਾ ਬਾਬਾ ਜੀ ਦੇ ਤੁਸੀਂ ਗੁਣ ਸੁਣੇ ਬਾਬਾ ਜੀ ਨਿਸ਼ਕਾਮ ਕੀਰਤਨ ਵਿੱਚ ਤੇ ਹੁਣ ਮੈਂ ਖੀਰਲਾ ਇੱਕ ਗੱਲ ਕਹਿਣ ਲੱਗਾ ਹੈ ਕੋਈ ਬੰਦ ਨੇ ਉਹ ਵੀ ਲਿਆਓ ਬਾਬਾ ਦੀਪ ਸਿੰਘ ਜੀ ਨੇ ਕਰਨੀ ਨਾਲ ਪਿਆਰ ਕੀਤਾ ਆਖੋ ਸਾਥੀ ਗੱਲ ਬੜੇ ਧਿਆਨ ਨਾਲ ਸੁਣ ਕਰਨੀ ਕਰਨੀ ਨਾਲ ਪਿਆਰ ਕੀਤਾ ਪੰਜ ਗ੍ਰੰਥੀ ਦਾ ਨਿਤਨੇ ਬਾਬਾ ਦੀਪ ਸਿੰਘ 10 ਗ੍ਰੰਥੀ ਦਾ ਨਿਤਨੇ ਦਰਸ਼ਨ ਕਰ ਸਕਦੇ ਹੋ ਸਾਬੋ ਕੀ ਤਲਵੰਡੀ ਜਾ ਕੇ ਬਾਬਾ ਦੀਪ ਸਿੰਘ ਜੀ ਜਿਸ ਭੋਰੇ 'ਚ ਕਿੰਨੇ ਘੰਟੇ ਚੌਂਕੜਾ ਮਾਰਦੇ ਆਖੋ ਸਾਹਿਬ ਔਰ ਜੋ ਦਮਦਮੀ ਟਕਸਾਲ ਦੀਆਂ ਕਿਤਾਬਾਂ ਲਿਖੀਆਂ ਭਾਵੇਂ ਚਲੋ ਕਈਆਂ ਨੇ ਜਿਵੇਂ ਵੀ ਹੈ ਪਰ ਇੱਕ ਅੰਦਾਜ਼ੇ ਵਿੱਚ ਲੈ ਲਓ ਕਿ ਬੇਅੰਤ ਪਾਠ ਇਸ ਤੋਂ ਇਲਾਵਾ ਜਪਜੀ ਸਾਹਿਬ ਦੇ ਬਾਬਾ ਜੀ ਦਾ ਨਿਤਨੇਮ ਇਹਨੂੰ ਕੀ ਕਹੋਗੇ ਅਸੀਂ ਇਹ ਬਾਬਾ ਜੀ ਦੇ ਸਿੱਖ ਹਾਂ ਤੇ ਸਾਡੇ ਬਾਬਾ ਦੀਪ ਸਿੰਘ ਕਰਨੀ ਨਾਲ ਪਿਆਰ ਕਰਦੇ ਕਥਨੀ ਨਹੀਂ ਆਖੋ ਸਾਧਨਾ ਜੇ ਵਾਕੇ ਧੀਆਂ ਜੇ ਬਾਬਾ ਜੀ ਦੀਆਂ ਪੁੱਤਰ ਜੇ ਬਾਬਾ ਜੀ ਦੇ ਕੁਝ ਨਾ ਕੁਝ ਕਰਨੀ ਪੈਦਾ ਕਰੋ ਆਖੋ ਸਾਧਨਾ ਇੰਨਾ ਸਮਾਂ ਦੇਣਾ ਗੁਰੂ ਤੇ ਕਰਨੀ ਹਰ ਚੀਜ਼ ਵਿੱਚੋਂ ਕਰਨੀ ਲੱਭਣੀ ਮੈਂ ਕੱਲ ਵੀ ਬੱਚਨ ਸੁਣਾਇਆ ਸੀ ਇੱਥੇ ਸੰਗਤ ਕਾਫੀ ਨਵੀਂ ਆਈ ਤੇ ਇੱਕ ਮਿੰਟ ਬੋਲ ਕੇ ਸੁਣਾਉਂਦੀ ਕਰ ਲੈਣਾ ਸਾਡੇ ਅੰਮ੍ਰਿਤਸਰ ਇੱਕ ਤਹਿਸੀਲ ਦਾ ਮੈਂ ਉਹਨੂੰ ਫਤਿਹ ਬੁਲਾਈ ਉਹਨੇ ਬੜੀ ਹੌਲੀ ਜਿਹੀ ਬੁਲਾਈ ਮੈਂ ਕਿਹਾ ਬੜੇ ਢਿੱਲੇ ਹੋ ਮੈਨੂੰ ਕਹਿੰਦਾ ਤੁਹਾਨੂੰ ਨਹੀਂ ਪਤਾ ਮੈਂ ਕਿਹਾ ਮੈਨੂੰ ਨਹੀਂ ਪਤਾ ਤੁਹਾਨੂੰ ਨਹੀਂ ਪਤਾ ਮੇਰੇ ਨਾਲ ਕੀ ਹੋਇਆ ਮੈਂ ਕਿਹਾ ਮੈਨੂੰ ਨਹੀਂ ਪਤਾ
ਕਹਿੰਦਾ ਜਿਹੜੀ ਮੇਰੇ ਨਾਲ ਗੁਰੂ ਰਾਮਦਾਸ ਨੇ ਮਾੜੀ ਕੀਤੀ ਕਿਸੇ ਨਾ ਕਰੇ। ਮੈਂ ਕਿਹਾ ਹੋਇਆ ਕੀ ਹੈ, ਤੁਹਾਨੂੰ ਨੀ ਪਤਾ? ਮੈਂ ਕਿਹਾ ਨਹੀਂ ਪਤਾ ਯਾਰ, ਤੁਹਾਨੂੰ ਨੀ ਪਤਾ? ਮੈਂ ਕਿਹਾ ਨਹੀਂ। ਤੇ ਸੁਣਿਆ ਉਹਨੇ ਕੀ ਕਿਹਾ, ਕਹਿੰਦਾ ਮੇਰੀ, ਮੈਂ ਤਹਿਸੀਲਦਾਰ ਦਾ, ਮੇਰੀ ਫਿਰੋਜ਼ਪੁਰ ਬਦਲੀ ਹੋ ਗਈ। ਮੈਨੂੰ ਵੇਖੋ ਗੁਰੂ ਰਾਮਦਾਸ ਨੇ ਕੀ ਕੀਤਾ, ਹੁਣ ਸਵਾ ਦੋ ਘੰਟੇ ਮੈਨੂੰ ਜਾਣਾ ਪੈਂਦਾ ਬੱਸ 'ਤੇ, ਸਵਾ ਦੋ ਘੰਟੇ ਆਉਣਾ ਪੈਂਦਾ। ਜਿਹੜੀ ਮੇਰੇ ਨਾਲ ਮਾੜੀ ਕੀਤੀ ਗੁਰੂ ਨੇ ਕਿਸੇ ਨਾਲ ਨਾ ਕਰੇ। ਮੈਂ ਕਿਹਾ ਯਾਰ ਇਹ ਬੜਾ ਭਰਿਆ ਪਿਆ। ਮੈਂ ਚਲੋ ਹੌਂਸਲਾ, ਮੈਂ ਚੱਲ ਕੋਈ ਨਹੀਂ ਅਰਦਾਸ ਕਰਿਆ ਕਰ, ਟਾਈਮ ਤਾਂ ਪਾਈਏ। ਮੈਂ ਕਿਹਾ ਅਰਦਾਸ, ਯਕੀਨ ਜਾਣੇ ਦੋ ਮਹੀਨੇ ਬਾਅਦ ਪੰਜਾਬ ਐਂਡ ਸਿੰਧ ਬੈਂਕ ਦਾ ਇੱਕ ਸਰੀਰ, ਉਹ ਕੁਦਰਤੀ ਦਾਤ ਦਾ ਕਲਰਕ ਸੀ, ਮੈਂ ਉਹਨੂੰ ਫਤਿਹ ਬੁਲਾਈ, ਉਹਨੇ ਵੀ ਬੁਲਾਈ। ਮੈਂ ਕਿਹਾ ਅੱਜ ਕੱਲ੍ਹ ਘੱਟ ਵੇਖੀਦਾ। ਮੈਨੂੰ ਕਹਿੰਦੇ ਮੇਰੀ ਫਿਰੋਜ਼ਪੁਰ ਬਦਲੀ ਹੋ ਗਈ, ਉਹ ਤਹਿਸੀਲਦਾਰ, ਉਹ ਬੈਂਕ ਵਾਲਾ, ਸ਼ਹਿਰ ਇੱਕੋ ਹੀ ਬਦਲੀ ਹੋਈ। ਮੇਰੇ ਦਿਮਾਗ 'ਚ ਪਿਕਚਰ ਸੀ ਦੋ ਮਹੀਨੇ ਪਹਿਲੀ, ਉਹ ਤਹਿਸੀਲਦਾਰ ਵਾਲੀ ਉਹ ਕਲਪਿਆ ਪਿਆ ਸੀ ਬਦਲੀ ਤੋਂ। ਇਹ ਬੈਂਕ ਵਾਲੇ ਨੇ ਕਿਹਾ ਮੇਰੀ ਬਦਲੀ ਹੋ ਗਈ ਹੈ ਫਿਰੋਜ਼ਪੁਰ, ਮੇਰੇ ਦਿਮਾਗ 'ਚ ਪਿਕਚਰ ਉਹ ਮੇਰੇ ਮੂੰਹ 'ਚ ਨਿਕਲ। ਮੈਂ ਕਿਹਾ ਜੀ ਬੜਾ ਮਾੜਾ ਹੋਇਆ ਤੁਹਾਡੇ ਨਾਲ, ਆਪੋ ਸਾਹਿਬ ਮੇਰੇ ਦਿਮਾਗ 'ਚ ਉਹ ਪਿਕਚਰ ਪਹਿਲੇ ਵਾਲੇ ਦੀ। ਮੈਂ ਕਿਹਾ ਜੀ ਬੜਾ ਮਾੜਾ ਹੋਇਆ। ਅਤੇ ਮੈਨੂੰ ਕਹਿੰਦੇ ਭਾਈ ਸਾਹਿਬ ਕੀ ਕਹਿ ਰਹੇ ਹੋ, ਮੇਰੇ ਹੁਣ ਪਿਕਚਰ ਉਹ ਬੈਠੀ ਹੋਈ, ਉਹ ਕਲਪਿਆ ਪਿਆ ਸੀ, ਇਹ ਵੀ ਕਲਪਿਆ ਹੁਣ। ਮੈਂ ਕਿਹਾ ਜੀ ਰੋਜ਼ ਤੁਹਾਨੂੰ ਸਵਾ ਦੋ ਘੰਟੇ ਜਾਣਾ ਪੈਂਦਾ, ਸਵਾ ਦੋ ਘੰਟੇ ਆਉਣਾ ਪੈਂਦਾ, ਕਿੱਡੀ ਤੁਹਾਡੇ ਦੀ ਤਕਲੀਫ ਵੱਧ ਗਈ, ਬਹੁਤ ਮਾੜਾ ਹੋਇਆ ਤਾਂ। ਕਹਿੰਦੇ ਭਾਈ ਕੀ ਕਹਿ ਰਹੇ ਹੋ, ਨਹੀਂ ਗੁਰੂ ਰਾਮਦਾਸ ਮੇਰੇ ਮਿੱਤਰ ਨੇ, ਮੇਰੇ ਪਿਓ ਨੇ, ਮੇਰੇ ਨਾਲ ਕਦੀ ਮਾੜੀ ਨਹੀਂ ਕਰਦੇ ਆਪੋ ਸਾਧਨ। ਹਾਂ ਮੈਂ ਕਿਹਾ ਜੀ ਤੁਹਾਨੂੰ ਸਵਾ ਦੋ ਘੰਟੇ ਰੋਜ਼ ਜਾਣਾ ਪੈਂਦਾ, ਸਵਾ ਦੋ ਘੰਟੇ ਆਉਣਾ ਪੈਂਦਾ, ਖੇਚਲ ਨਹੀਂ ਤੁਸੀਂ ਸੁਣਿਓ? ਉਹਦੇ ਅੱਗੋਂ ਜਵਾਬ ਕੀ ਸੀ, ਕਹਿੰਦਾ ਜੀ ਨਹੀਂ ਕਿਰਪਾ ਕੀਤੀ ਗੁਰੂ ਰਾਮਦਾਸ ਨੇ ਮੇਰੀ ਬਦਲੀ ਕਰਾ ਦਿੱਤੀ, ਕਿਰਪਾ ਕੀਤੀ ਹੈ 13 ਪਾੜ ਜਪਜੀ ਸਾਹਿਬ ਬੱਸ ਵਿੱਚ। ਕਹਿੰਦਾ ਮੇਰੇ ਜਾਂਦਿਆਂ ਹੋ ਜਾਂਦੇ ਹੈ 13 ਪਾੜ ਜਪਜੀ ਸਾਹਿਬ, ਆਉਂਦਿਆਂ ਹੋ ਜਾਂਦੇ ਹੈ, ਮੇਰਾ ਗੁਰੂ ਰਾਮਦਾਸ ਨੇ ਨਿੰਦ ਨੇ ਵਧਾ। ਇਹਨੂੰ ਕੀ ਕਹੋਗੇ? ਆਹ ਨੇ ਸਿੱਖ ਬਾਬਾ ਦੀਪ ਸਿੰਘ ਦੇ ਪਿਆਰ ਵਾਲੇ, ਇੱਕ ਬਦਲੀ ਵੀ ਹੋਈ ਹੈ ਉਹਦੇ ਵਿੱਚੋਂ, ਕਰਨੀ ਵਧਾਈ ਗੱਲ ਕੇ ਆਖੋ ਸਰ, ਆਪਣਾ ਨੇਹ ਵਧਾਇਆ, ਕਰਨੀ ਵਧਾਈ ਹੈ। ਜੇ ਤੁਸੀਂ ਵੀ ਬਾਬਾ ਜੀ ਦੀਆਂ ਧੀਆਂ ਪੁੱਤਰ ਹੋ, ਪਿਆਰ ਕਰਨੀ ਵਧਾਓ, ਨਿੱਤ ਨੇਮ ਡੱਟ ਕੇ ਜਿੰਨਾ ਵੱਧ ਤੋਂ ਵੱਧ ਕਰ ਸਕਦੇ ਹੋ ਕਰੋ। ਆ ਮੈਨੂੰ ਇੱਕ ਸੱਜਣ ਨੇ ਕਿਹਾ ਕਿੰਨਾ ਕੁ ਨੇਮ ਕਰਨਾ ਚਾਹੀਦਾ। ਮੈਂ ਕਿਹਾ ਯਾਰ ਇਹ ਨਾ ਪੁੱਛ, ਉਹਦੇ 2.5 ਘੰਟੇ ਤਾਂ ਘੱਟ ਤੋਂ ਘੱਟ ਸਿੱਟੀ ਦਿਓ, ਪਰ ਜਿਹੜੀ ਗੁਰਬਾਣੀ ਦਾ ਇਸ਼ਾਰਾ ਸਾਡੇ ਪਿਤਾ ਜੀ ਦਾ, ਉਹ ਤਾਂ ਇਹ ਹੈ ਜਪ ਜਨ ਸਦਾ ਸਦਾ ਦਿਨ, ਬੋਲੋ ਸਾਰੇ ਜਪ ਜਨ ਸਦਾ ਸਦਾ ਦਿਨ ਸਭ ਤੇ ਉਮੋਜ। ਮੇਰੇ ਮੈਂ ਕਿਹਾ ਸਿੱਖ ਨੇ ਉੱਥੇ ਪਹੁੰਚਣਾ ਇੱਕ ਦਿਨ ਇੱਕ ਸਵਾਸ ਵੀ ਬਿਰਥਾ ਮਿਲ ਜਾਏ, ਆਖੋ ਸਾਥੀਆਂ, ਜਦ ਤੱਕ ਉੱਥੇ ਨਹੀਂ ਪਹੁੰਚਿਆ ਜਿੰਨਾ ਵੀ ਵਧਾ ਸਕਦਾ ਵਧਾਵੇ, ਆਖੋ ਸਾਥੀਆਂ। ਅਤੇ ਆਹ ਬਾਬਾ ਜੀ ਤੋਂ ਮਲਿਆਰ ਜਾਣਾ, ਬਹੁਤ ਬਹੁਤ ਸਾਰੀ ਪ੍ਰਬੰਧਕ ਕਮੇਟੀ ਨੂੰ ਵਧਾਈਆਂ, ਸਾਡੇ ਜਥੇ ਵੱਲੋਂ ਸ਼ੁਕਰਾਨੇ। ਅਸੀਂ ਗੁਰੂ ਰਾਮਦਾਸ ਦੇ ਚਰਨਾਂ ਜਾ ਕੇ ਅਰਦਾਸ ਕਰਾਂਗੇ। ਮਹਾਰਾਜ ਸਾਰੀ ਕਮੇਟੀ ਨੂੰ, ਗੁਰਮੁਖਾਂ ਨੂੰ, ਪ੍ਰੋਗਰਾਮ ਮਨਾਉਣ ਵਾਲਿਆਂ ਨੂੰ ਚੜ੍ਹਦੀ ਕਲਾ ਬਖਸ਼ੇ, ਅਤੇ ਜਿਹਨਾਂ ਨੇ ਆਪ ਜੀ ਦੇ ਦਰਸ਼ਨ ਕਰਾਏ, ਆ ਵਿਚੋਲੀ ਦਾ ਵੀ ਧੰਨਵਾਦ, ਬਲਿੰਦਰ ਕੌਰ ਦਾ ਵੀ, ਸਾਰੀ ਕਮੇਟੀ ਦਾ ਵੀ, ਜਿਹੜੀ ਇੱਧਰ ਮਾਇਆ ਦੇ ਗਏ ਉਹ ਆਪ ਜੀ। ਇਹ ਇੱਕ ਇੱਕ ਪੈਸਾ ਤੁਹਾਡਾ ਵਿਧਵਾ ਬੀਬੀਆਂ ਦੇ ਮੁੱਖ ਵਿੱਚ ਅੰਨ ਦਾ ਦਾਣਾ, ਕਦੀ ਅੰਮ੍ਰਿਤਸਰ ਰੱਖੀ ਦੇਖੋ, ਅਤੇ 2300 ਬੀਬੀਆਂ ਨੇ ਵਿਧਵਾ, ਜਲਿਆਲੇ ਗੁਰੂ 400, ਲੁਧਿਆਣੇ 700, ਇਸ ਤਰ੍ਹਾਂ 21 ਸ਼ਹਿਰਾਂ 'ਚ ਕੇਂਦਰ ਨੇ, 2 ਹਸਪਤਾਲ, 2 ਸਰਾਵਾਂ, ਅਤੇ ਬਾਬਾ ਦੀਪ ਸਿੰਘ ਦਾ ਜਨਮ ਅਸਥਾਨ ਗੋਬਿੰਦ ਸਾਹਿਬ, ਅਤੇ ਦੂਜੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਜਨਮ ਅਸਥਾਨ ਭੋਲਾ ਸਾਹਿਬ। ਇਹ 2 ਮਹਾਨ ਸ਼ਹੀਦਾਂ ਦੇ ਜਨਮ ਅਸਥਾਨਾਂ ਦੀ ਕਾਰ ਸੇਵਾ, ਇਹ ਸਾਰੀ ਮਾਇਆ ਇਹਨਾਂ ਕਾਰਜਾਂ ਲਈ ਵਰਤੀ ਜਾਂਦੀ ਹੈ। ਇੱਕ ਵਾਰੀ ਫਿਰ ਸੈਕਟਰੀ ਸਾਹਿਬ, ਪ੍ਰਧਾਨ ਜੀ, ਸਾਰੀ ਕਮੇਟੀ, ਗੁਰਮੁਖ ਪਿਆਰੇ, ਧੰਨਵਾਦ ਸ਼ੁਕਰਾਨੇ, ਜਿਹਨਾਂ ਦੇ ਪਿਆਰ ਸਦਕਾ ਤੁਹਾਡੇ ਦਰਸ਼ਨ ਹੋਏ ਨੇ, ਸੰਗਤਾਂ ਦੇ ਵੀ ਸ਼ੁਕਰਾਨੇ ਬਹੁਤ ਟਿਕਾਓ ਸ਼ੇਅਰ। ਤੁਸੀਂ ਇੱਕ ਵਾਰੀ ਪੜ੍ਹੋ ਜੀ, ਫਿਰ ਸਮਾਪਤੀ ਹੈ ਜੀ, ਸਾਰੇ ਫਿਰ ਪੜ੍ਹ ਰਹੇ ਹੋ। ਰੰਗ ਤੇਰੇ ਅਪਾਰਾ
भगता को